ਐਸਡੀ ਟੀਮ ਵੱਲੋਂ ਅੱਜ ਮੱਲਾਵਾਲਾ ਵਿੱਚ ਇੱਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਨੇ ਆਪਣੇ ਘਰ ਦੀ ਇੰਤਕਾਲ ਕਰਵਾਉਣੀ ਸੀ, ਜਿਸ ਦੇ ਲਈ ਪਟਵਾਰੀ ਸਤਪਾਲ ਸਿੰਘ ਨੇ 50,000 ਰੁਪਏ ਮੰਗੇ ਅਤੇ 30,000 ਰੁਪਏ ਦੇ ਵਿੱਚ ਇਹ ਸੌਦਾ ਤੈਅ ਹੋ ਗਿਆ। ਜਿਵੇਂ ਹੀ ਬਲਵਿੰਦਰ ਸਿੰਘ ਨੇ ਪਟਵਾਰੀ ਨੂੰ 10,000 ਰੁਪਏ ਦਿੱਤੇ ਤਾਂ ਵਿਜੀਲੈਂਸ ਇੰਸਪੈਕਟਰ ਸਤਪ੍ਰੇਮ ਸਿੰਘ ਫਿਰੋਜ਼ਪੁਰ ਅਤੇ ਅਮਨਦੀਪ ਸਿੰਘ ਫਜ਼ਿਲਕਾ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਫਿਲਹਾਲ ਪਟਵਾਰੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਰਿਸ਼ਵਤ ਦੇ ਨੋਟ ਬਰਾਮਦ ਕੀਤੇ ਗਏ।